ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਨਾਮਦੀਪ ਕਿਚਨ। ਅੱਜ ਅਸੀਂ ਬਣਾਵਾਂਗੇ ਦੋਧੀ। ਇਹ ਜਿਹੜੀ ਦੋਧੀ ਆ ਉਹ ਅਸੀਂ ਬੇਸਣ ਤੋਂ ਬਣਾ ਰਹੇ ਹਾਂ ਅਤੇ ਇਹਦੇ ਬੜੇ ਬੈਨੀਫਿਟ ਨੇ। ਵੈਸੇ ਤਾਂ ਜਦੋਂ ਤੁਹਾਨੂੰ ਮਿੱਠੇ ਦੀ ਕਰੇਵਿੰਗ ਹੋਏ ਤਾਂ ਤੁਸੀਂ ਇਹ ਬਣਾ ਕੇ ਖਾ ਸਕਦੇ ਜੇ, ਅਦਰਵਾਈਜ਼ ਜਦੋਂ ਤੁਹਾਨੂੰ ਜ਼ੁਕਾਮ ਵਗੈਰਾ ਜਾਂ ਗਲਾ ਖਰਾਬ ਹੋਵੇ ਤਾਂ ਤੁਸੀਂ ਇਹਨੂੰ ਲੈ ਸਕਦੇ ਜੇ, ਕਿਉਂਕਿ ਇਹਦੇ ਨਾਲ ਕਾਫੀ ਰਿਲੀਫ ਮਿਲਦਾ। ਸੋ ਚਲੋ ਦੱਸਦੇ ਹਾਂ ਤੁਹਾਨੂੰ ਇਹਦੇ ਲਈ ਕੀ ਮਟੀਰੀਅਲ ਚਾਹੀਦਾ। ਇਹ ਅਸੀਂ ਲੈ ਲਿਆ ਜੀ ਬੇਸਣ, ਇਹ ਇੱਕ ਵੱਡੀ ਕੜਛੀ ਮੇਰੇ ਕੋਲ ਬੇਸਣ ਦੀ ਆ। ਇਹ ਲੈ ਲਏ ਅਸੀਂ ਪੋਪੀ ਸੀਡ, ਜਿਹਨੂੰ ਅਸੀਂ ਖਸਖਸ ਵੀ ਬੋਲਦੇ ਹਾਂ। ਅਤੇ ਇੱਧਰ ਅਸੀਂ, ਇਹ ਆਪਸ਼ਨਲ ਹੈ, ਜੇ ਤੁਸੀਂ ਪਾਉਣੇ ਪਾਓ, ਨਹੀਂ ਤਾਂ ਤੁਸੀਂ ਸਕਿੱਪ ਵੀ ਕਰ ਸਕਦੇ ਜੇ। ਇਹ ਹੈਗਾ ਜੀ, ਮੈਂ ਡਰਾਈ ਫਰੂਟ ਜਿਹੜੇ ਆ ਉਹ ਥੋੜ੍ਹੇ ਜਿਹੇ ਕੁੱਟ ਲਏ ਆ ਇਹਦੇ ਵਿੱਚ। ਅਤੇ ਇਹ ਲਿਆ ਅਸੀਂ ਦੇਸੀ ਘਿਓ, ਇਹ ਦੇਸੀ ਘਿਓ 'ਚ ਹੀ ਬਣਨਾ, ਕਿਉਂਕਿ ਇਹਦੇ ਲਈ ਕੋਈ ਰਿਫਾਇੰਡ ਨਹੀਂ, ਕੋਈ ਓਲਿਵ ਓਇਲ ਨਹੀਂ, ਕੁਛ ਹੋਰ ਨਹੀਂ। ਅਤੇ ਇਹ ਲੈ ਲਈ ਅਸੀਂ ਚੀਨੀ, ਇੱਧਰ ਲੈ ਲਿਆ ਅਸੀਂ ਦੁੱਧ। ਸੋ ਪੈਨ ਲੈ ਲਿਆ ਅਸੀਂ, ਗੈਸ 'ਤੇ ਰੱਖ ਲਿਆ। ਇਹਦੇ ਵਿੱਚ ਪਾਵਾਂਗੇ ਅਸੀਂ ਇੱਕ ਕੜਛੀ ਘਿਓ ਦੀ, ਘਿਓ ਗਰਮ ਹੋਣ 'ਤੇ ਅਸੀਂ ਇਹਦੇ ਵਿੱਚ ਪਾ ਦਾਂਗੇ ਬੇਸਣ। ਇੱਕ ਕੜਛੀ, ਛੋਟੀ ਕੜਛੀ ਮੈਂ ਜਿਹੜੀ ਆ ਲਈ ਆ ਘਿਓ ਦੀ, ਅਤੇ ਇੱਕ ਵੱਡੀ ਕੜਛੀ ਜਿਹੜੀ ਮੇਰੇ ਕੋਲ ਬੇਸਣ ਦੀ ਆ। ਇਹਨੂੰ ਅਸੀਂ ਹੁਣ ਚੰਗੀ ਤਰ੍ਹਾਂ ਬੇਸਣ ਨੂੰ ਜਿਹੜਾ ਆ ਘਿਓ ਦੇ ਵਿੱਚ ਭੁੰਨਾਂਗੇ। ਇਹ ਜਿਹੜਾ ਘਿਓ ਸੀ ਅਸੀਂ ਪਾਇਆ, ਇੰਨੀ ਹੁਣ ਛੱਡ ਦੇਣਾ, ਕਿਉਂਕਿ ਹੁਣ ਬਸ ਭੁੱਜਣ ਵਾਲਾ ਹੀ ਆ। ਨਾਲ ਨਾਲ ਘੁਲਾਉਂਦੇ ਜਾਓ, ਕਿਉਂਕਿ ਇਹ ਥੱਲੇ ਨਾ ਲੱਗੇ, ਨਹੀਂ ਤਾਂ ਜਿਹੜਾ ਇਹਦਾ ਟੇਸਟ ਜਿਹੜਾ ਉਹ ਚੇਂਜ ਹੋ ਸਕਦਾ। ਜਦੋਂ ਬੇਸਣ ਦੇ ਭੁੱਜਣ ਦੀ ਸਮੈਲ ਆ ਜਾਵੇ, ਫਰੈਗਰੈਂਸ ਆ ਜਾਵੇ, ਫਿਰ ਤੁਸੀਂ ਇਹਨੂੰ ਜਿਹੜਾ ਇਹਦੇ ਵਿੱਚ ਪੋਪੀ ਸੀਡ ਪਾਓਗੇ, ਖਸਖਸ ਪਾਓਗੇ। ਇਹ ਬੇਸਣ ਜਿਹੜਾ ਹੈ ਭੁੱਜ ਗਿਆ, ਇਹਦੇ ਵਿੱਚ ਅਸੀਂ ਜਿਹੜੇ ਹੁਣ ਪੋਪੀ ਸੀਡ ਪਾ ਲਾਂਗੇ, ਖਸਖਸ ਪਾ ਲਾਂਗੇ। ਇਹਦੇ ਵਿੱਚ ਖੰਡ ਪਾ ਦਾਂਗੇ, ਇੱਕ ਕੜਛੀ ਮੈਂ ਖੰਡ ਦੇ ਲਈ ਆ, ਤੁਸੀਂ ਮਿੱਠਾ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਜੇ। ਨਾਲ ਹੀ ਅਸੀਂ ਹੁਣ ਜਿਹੜੇ ਆ ਡਰਾਈ ਫਰੂਟਸ ਉਹ ਪਾ ਦਾਂਗੇ। ਇਹ ਤੁਸੀਂ ਸਕਿੱਪ ਵੀ ਕਰ ਸਕਦੇ ਜੇ। ਹੁਣ ਅਸੀਂ ਇਹਦੇ 'ਚ ਪਾ ਦਾਂਗੇ ਦੁੱਧ। ਇੱਕ ਕੜਛੀ ਅਸੀਂ ਜਿਹੜੀ ਬੇਸਣ ਦੀ ਲਈ ਸੀ ਵੱਡੀ, ਅਤੇ ਇਹਦੇ ਵਿੱਚ ਜਿਹੜਾ ਆ ਡੇਢ ਗਲਾਸ ਦੁੱਧ ਦਾ ਪੈ ਗਿਆ, ਕਿਉਂਕਿ ਇਹ ਜਿਹੜੇ ਆ ਬਹੁਤਾ ਸੰਘਣਾ ਨਹੀਂ ਬਣਾਉਂਦੇ, ਇਹਨੂੰ ਥੋੜ੍ਹੀ ਪਤਲੀ ਪਤਲੀ ਬਣਾਉਂਦੇ ਆ। ਇਹਨੂੰ ਅਸੀਂ ਦੋ ਦਿਨ ਉਬਾਲੇ ਆਉਣ ਤੱਕ ਇਹਨੂੰ ਜਿਹੜਾ ਪਕਾਵਾਂਗੇ। ਲਓ ਜੀ, ਦੋਧੀ ਜਿਹੜੀ ਆ ਤਿਆਰ ਆ, ਹੁਣ ਤੁਸੀਂ ਇਹਨੂੰ ਖਾ ਸਕਦੇ ਜੇ। ਬਾਕੀ ਆਪਣੇ ਹਿਸਾਬ ਨਾਲ ਤੁਸੀਂ ਇਸ ਤੋਂ ਵੀ ਪਤਲੀ ਕਰਨੀ ਹੈ, ਇਸ ਤੋਂ ਹੋਰ ਦੁੱਧ ਪਾ ਸਕਦੇ ਜੇ, ਜੇ ਥੋੜ੍ਹੀ ਸੰਘਣੀ ਰੱਖਣੀ ਆ ਤਾਂ ਫਿਰ ਦੁੱਧ ਘੱਟ ਪਾ ਲਓ।
ਪਨੀਰ ਕੋਲੀ ਚ ਪਾਵਾਂਗੇ। करो इंजॉय, बहुत ही टेस्टी बनती है, तुसी बना के देखियो ते कमेंट च दस्यो कि तुसी बनाई ते किवें दी बनी। बाकी साडा जिहड़ा चैनल आ यूट्यूब चैनल आ नवनीत किचन, उन्हों लाइक करो, शेयर करो, सबसक्राइब करो। थैंक यू जी।